ਸ੍ਰੀ ਅਕਾਲ, ਸਵਾਗਤ ਆ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅੱਜ ਅਸੀਂ ਬਿਲਕੁਲ ਨਵਾਂ ਆਰਟ, ਕੈਟ ਆਰਟ ਤਿਆਰ ਕਰਨ ਜਾ ਰਹੇ ਹਾਂ। ਫਲਾਵਰ ਵਾਲੀ ਕੈਟ ਬਣਾਉਣ ਲੱਗੇ ਹਾਂ। ਅਤੇ ਬਾਕੀ ਦੱਸਿਓ, ਇਹ ਚੀਜ਼ਾਂ ਅੱਜ ਕੱਲ੍ਹ ਬਹੁਤ ਟਰੈਂਡ ਸੂਟਾਂ ਦੇ ਉੱਪਰ ਚੱਲਦਾ ਪਿਆ ਇਸ ਚੀਜ਼ ਦਾ। ਬਾਕੀ ਇਹ ਚੀਜ਼ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ। ਅਤੇ ਸਾਰੇ ਇਹਦੇ 'ਤੇ ਕਮੈਂਟ ਕਰਕੇ ਦੱਸਿਓ ਕਿ ਕਿਹੋ ਜਿਹੀ ਬਣੀ ਹੈ, ਡਰੋ ਕੀਤੀ ਹੋਈ ਹੈ ਪੇਂਟਿੰਗ, ਸਿਰਫ ਆਪਾਂ ਪੇਂਟ ਭਰ ਕੇ ਫਿਲ ਕਰਕੇ ਤਿਆਰ ਕਰਕੇ ਦਿਖਾਉਣੀ ਹੈ ਤੁਹਾਨੂੰ। ਅਤੇ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੇ, ਬੈੱਲ ਆਈਕਨ ਦਬਾਇਓ ਜੇ, ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਵੇ। ਬਾਕੀ ਹੁਣ ਆਪਾਂ ਪੇਂਟ ਕਰਨੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਆਪਾਂ ਫਲਾਵਰ ਪੇਂਟ ਕਰਨੇ ਸ਼ੁਰੂ ਕੀਤੇ ਆ, ਉਹਨਾਂ 'ਚ ਵਾਈਟ ਕਲਰ ਫਿਲ ਕਰਨਾ ਸ਼ੁਰੂ ਕੀਤਾ ਆ। ਕਿਉਂਕਿ ਜੋ ਤੁਹਾਨੂੰ ਪਹਿਲਾਂ ਵੀ ਤੁਹਾਨੂੰ ਦੱਸਿਆ, ਜਦੋਂ ਆਪਾਂ ਵਾਈਟ ਕਲਰ ਫਿਲ ਕਰਾਂਗੇ ਅਤੇ ਉਸ ਤੋਂ ਬਾਅਦ ਇਹਦੇ ਉੱਪਰ ਡਬਲ ਸ਼ੇਡ ਕਰਾਂਗੇ, ਉਹ ਸ਼ੇਡ ਬਹੁਤ ਜ਼ਿਆਦਾ ਸੋਹਣੀ ਬਣਦੀ ਹੈ। ਅਤੇ ਇੱਕ ਡਾਰਕ ਡਾਰਕ ਸ਼ੇਡ ਬਣੀ ਹੋਈ ਲੱਗਦੀ ਉਹ। ਅਤੇ ਇਸੇ ਕਰਕੇ ਆਪਾਂ ਸਭ ਤੋਂ ਪਹਿਲਾਂ ਵਾਈਟ ਕਲਰ ਫਿਲ ਕਰਦੇ ਪਏ, ਫਿਰ ਤੁਹਾਨੂੰ ਦੂਸਰਾ ਕਲਰ ਦਿਖਾਉਣੇ ਆ ਆਪਾਂ ਕਿਹੜਾ ਫਿਲ ਕਰਾਂਗੇ। ਸਬਸਕ੍ਰਾਈਬ ਵੀ ਕਰਿਓ, ਬੈੱਲ ਆਈਕਨ ਵੀ ਦਬਾਇਓ, ਅਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਓ, ਅਤੇ ਵੀਡੀਓ ਅੱਗੇ ਸ਼ੇਅਰ ਵੀ ਕਰ ਦਿਆ ਕਰੋ, ਤਾਂ ਜੋ ਹਰ ਕੋਈ ਵੀਡੀਓ ਦੇਖ ਸਕੇ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਸਕੇ। ਕਿਉਂਕਿ ਕਈ ਆਪਣੇ ਵੀਰ ਭਰਾ ਭੈਣਾਂ ਹੁੰਦੀਆਂ ਨੇ ਇਹ ਚੀਜ਼ਾਂ ਨੂੰ ਦੇਖਣ ਲਈ, ਇਹ ਚੀਜ਼ਾਂ ਸਿੱਖਣ ਲਈ। ਇਸੇ ਕਰਕੇ ਤੁਹਾਡੇ ਅੱਗੇ ਬੇਨਤੀ ਕਰ ਦਿੰਦੇ ਹਾਂ ਕਿ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ, ਤਾਂ ਜੋ ਅਸੀਂ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਬਣਾ ਸਕੀਏ ਅਤੇ ਹੋਰ ਤੁਹਾਨੂੰ ਸੋਹਣੀਆਂ ਸੋਹਣੀਆਂ ਚੀਜ਼ਾਂ ਵਿਖਾ ਸਕੀਏ। ਅਤੇ ਆਪਾਂ ਕੈਟ ਸ਼ੁਰੂ ਕਰਨ ਲੱਗੇ ਹਾਂ। ਕੈਟ ਦੇ ਵਿੱਚ ਆਪਾਂ ਕਲਰ ਨਹੀਂ ਫਿਲ ਕਰਨਾ, ਕੈਟ ਸਿਰਫ ਆਊਟਲਾਈਨਿੰਗ ਦੇ ਨਾਲ ਆਪਾਂ ਤਿਆਰ ਕਰਨੀ ਹੈ। ਕਿਉਂਕਿ ਇਹਦੇ ਵਿੱਚ ਕਲਰ ਨਹੀਂ ਫਿਲ ਕੀਤਾ ਜਾਂਦਾ, ਨੀਚੇ ਵਾਲੀ ਸ਼ੇਡ ਨੂੰ ਮੇਨ ਦਿਖਾਇਆ ਜਾਂਦਾ, ਜਿਹੜੀ ਇਹਦੇ ਨੀਚੇ ਸੂਟ ਦੀ ਸ਼ੇਡ ਹੁੰਦੀ ਹੈ ਉਹਨੂੰ ਦਿਖਾਇਆ ਜਾਂਦਾ ਹੈ। ਇਸੇ ਕਰਕੇ ਆਪਾਂ ਆਊਟਲਾਈਨਿੰਗ ਨਾਲ ਕੈਟ ਨੂੰ ਤਿਆਰ ਕਰਾਂਗੇ। ਦੇਖਿਓ ਕਿੰਨੀ ਬਣੀ ਹੋਈ ਸੋਹਣੀ ਲੱਗਦੀ ਹੈ ਕੈਟ। ਅਤੇ ਨਾਲੇ ਸਾਨੂੰ ਕਮੈਂਟ ਕਰਕੇ ਦੱਸਿਓ ਜੇ ਕਿਹੜਾ ਕਿਹੜਾ ਹਿੰਦੀ ਦੇ ਵਿੱਚ ਵਲੌਗ ਦੇਖਣਾ ਚਾਹੁੰਦਾ ਹੈ ਕਿ ਪੰਜਾਬੀ ਦੇ ਵਿੱਚ ਦੇਖਣਾ ਚਾਹੁੰਦਾ,
ਕਿਉਂਕਿ ਅਸੀਂ ਸਾਰਾ ਕੁਛ ਕਰਕੇ ਦੇਖ ਲਿਆ, ਸਾਨੂੰ ਸਪੋਰਟ ਨਹੀਂ ਮਿਲਦੀ ਪਈ। ਅਸੀਂ ਤਾਂ ਹੁਣ ਚਾਹੁੰਦੇ ਹਾਂ ਕਿ ਅਸੀਂ ਸ਼ਾਇਦ ਹਿੰਦੀ ਦੇ ਵਿੱਚ ਬਲੌਗ ਤਿਆਰ ਕਰੀਏ, ਉਹਦੇ ਵਿੱਚ ਹੀ ਸਪੋਰਟ ਮਿਲੇ। ਅਤੇ ਸਾਨੂੰ ਕਮੈਂਟ ਜ਼ਰੂਰ ਕਰਿਓ ਜੀ। ਹੁਣ ਆਪਾਂ ਸਾਨੂੰ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਵਲੌਗ ਨੂੰ ਹਿੰਦੀ ਦੇ ਵਿੱਚ ਕੌਣ ਕੌਣ ਵੇਖਣਾ ਚਾਹੁੰਦਾ ਹੈ। ਇਹ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਤੁਹਾਨੂੰ ਕਿ ਹਮਾਰੇ ਵਲੌਗ ਕੋ ਹਮਾਰੀ ਵੀਡੀਓ ਕੋ ਕੌਣ ਕੌਣ ਹਿੰਦੀ ਮੇਂ ਦੇਖਣਾ ਚਾਹਤਾ ਹੈ, ਵਹੀ ਵੀਡੀਓ ਹਮ ਤਿਆਰ ਕਰੇਂਗੇ, ਆਪਕੋ ਦਿਖਾਏਂਗੇ ਹਿੰਦੀ ਮੇਂ ਬਣਾ ਕੇ। ਹਮਾਰਾ ਚੈਨਲ ਹੈ ਪੇਂਟਿੰਗ ਚੈਨਲ BB30 ਬੋਆਇਜ਼, ਆਪ ਬਤਾਨਾ ਕੌਣ ਕੌਣ ਹਿੰਦੀ ਮੇਂ ਦੇਖਣਾ ਚਾਹਤਾ ਹੈ, ਵਹੀ ਹਮ ਚੈਨਲ ਕੋ ਵਹੀ ਵਾਇਸ ਰਿਕਾਰਡਿੰਗ ਕਰਕੇ ਹਮ ਡਾਲਾ ਕਰੇਂਗੇ, ਹਿੰਦੀ ਮੇਂ ਕਨਵਰਟ ਕੀਆ ਕਰੇਂਗੇ ਉਸਕੋ। ਤੋ ਆਪ ਪਲੀਜ਼ ਕਮੈਂਟ ਕਰੀਏ ਹਮਕੋ ਕਿ ਆਪ ਬਲੌਗ ਹਿੰਦੀ ਮੇਂ ਤਿਆਰ ਕੀਆ ਕਰੀਏ, ਤੋ ਹਮ ਹਿੰਦੀ ਮੇਂ ਤਿਆਰ ਕਰੇਂਗੇ। ਔਰ ਜੋ ਜੋ ਹਿੰਦੀ ਮੇਂ ਦੇਖਣਾ ਚਾਹਤਾ ਹੈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਬੈੱਲ ਆਈਕਨ ਵੀ ਦਬਾਏ, ਤਾਂ ਜੋ ਉਸਕੋ ਵੀਡੀਓ ਕਾ ਨੋਟੀਫਿਕੇਸ਼ਨ ਸਭਸੇ ਪਹਿਲੇ ਮਿਲ ਸਕੇ, ਔਰ ਹਮਾਰੀ ਵੀਡੀਓ ਕੋ ਲਾਈਕ ਵੀ ਕਰੇ, ਸ਼ੇਅਰ ਵੀ ਕਰੇ, ਔਰ ਅੱਛੇ ਅੱਛੇ ਸੇ ਕਮੈਂਟ ਵੀ ਕਰੇ। ਜਿਤਨੀ ਵੀ ਮੇਰੀ ਭੈਣੇ ਦੇਖੇਗੀ, ਭਾਈ ਦੇਖੇਗੇ, ਮੇਰੀ ਮਾਤਾਏ ਦੇਖੇਗੀ, ਉਹ ਹਮਾਰੇ ਚੈਨਲ ਕੋ ਪਲੀਜ਼ ਸਬਸਕ੍ਰਾਈਬ ਕਰੇ ਔਰ ਵੀਡੀਓ ਕੋ ਆਗੇ ਸ਼ੇਅਰ ਕਰੇ। ਔਰ ਜੋ ਵੀ ਦੇਖਣਾ ਚਾਹਤਾ ਹਿੰਦੀ ਮੇਂ ਹਮੇਂ ਪਲੀਜ਼ ਕਮੈਂਟ ਮੇਂ ਬਤਾਏ, ਹਮ ਵਹੀ ਵੀਡੀਓ ਤਿਆਰ ਕੀਆ ਕਰੇਂਗੇ। ਕਿਉਂਕਿ ਅਸੀਂ ਵੀ ਤੁਹਾਡੇ ਅੱਗੇ ਰਿਕੁਐਸਟ ਕੀਤੀ ਸੀਗੀ, ਜਿੰਨੇ ਵੀ ਪੰਜਾਬੀ ਭੈਣ ਭਰਾ ਮਾਤਾਵਾਂ, ਕਿ ਸਾਡੇ ਚੈਨਲ ਨੂੰ ਪਲੀਜ਼ ਸਪੋਰਟ ਦਿਓ। ਕਿਉਂਕਿ ਅਸੀਂ ਕਾਫੀ ਦੇਖਿਆ ਹੈ ਕਿ ਤੁਸੀਂ ਹਰੇਕ ਨੂੰ ਜਿਹੜੀ ਇੱਕ ਚੀਜ਼ ਨੋਰਮਲੀ ਆ, ਨੋਰਮਲੀ ਡਾਇਲੋਗ ਹੁੰਦਾ ਹੈ ਜਾਂ ਆਪਾਂ ਨੋਰਮਲੀ ਕੋਈ ਐਕਟਿੰਗ ਕਹਿ ਦਿੰਦੇ ਹਾਂ, ਤੁਸੀਂ ਉਹਨੂੰ ਇੱਕ ਚੀਜ਼ ਨੂੰ ਇੰਨੀ ਜਲਦੀ ਉੱਪਰ ਲੈ ਕੇ ਜਾਂਦੇ ਹੋ। ਅਤੇ ਅਸੀਂ ਸੋਚਿਆ ਸੀ ਕਿ ਸਾਡੀ ਜੋ ਮਿਹਨਤ ਆ ਤੁਸੀਂ ਇਹਨੂੰ ਉੱਪਰ ਲੈ ਕੇ ਜਾਓਗੇ, ਪਰ ਤੁਸੀਂ ਸਾਨੂੰ ਮਿਹਨਤ ਦਾ ਮੁੱਲ ਨਹੀਂ ਮੋੜਦੇ ਪਏ। ਅਸੀਂ ਥੋੜ੍ਹੀ ਜਿਹੀ ਵਲੌਗਿੰਗ ਹਿੰਦੀ ਦੇ ਵਿੱਚ ਵੀ ਕਰਨ ਲੱਗੇ ਹਾਂ, ਮੇਰੇ ਭਰਾ ਮਾਫ਼ ਕਰਿਓ ਜੇ, ਕਿਉਂਕਿ ਸਾਨੂੰ ਇਸ ਟਾਈਮ ਕੰਮ ਦੀ ਜ਼ਰੂਰਤ ਆ, ਬਾਕੀ ਸਾਨੂੰ ਹਿੰਦੀ ਵਿੱਚ ਵੀ ਵਲੌਗਿੰਗ ਕਰਨੀ ਪੈਣੀ ਹੈ ਤਾਂ ਜੋ ਸਾਨੂੰ ਸਾਰਿਆਂ ਦੀ ਸਪੋਰਟ ਮਿਲ ਸਕੇ। ਕਿਉਂਕਿ ਅਸੀਂ ਇਹਦੇ ਵਿੱਚ ਉਹ ਇੱਧਰ ਹੀ ਹਾਂ, ਉੱਧਰ ਹੀ ਹਾਂ, ਇੱਧਰ ਹੀ ਹਾਂ, ਉੱਧਰ ਇੱਧਰ ਦੀਆਂ ਗੱਲਾਂ ਨਹੀਂ ਕਰਦੇ। ਅਸੀਂ ਬਿਲਕੁਲ ਨੋਰਮਲ ਆਰਟ, ਇੱਕ ਪੇਂਟਿੰਗ ਆਰਟ ਦਿਖਾਉਣੇ ਪਏ ਹਾਂ ਤੁਹਾਨੂੰ, ਅਤੇ ਸਿਖਾਉਣੇ ਪਏ ਹਾਂ ਕਿ ਇਹ ਚੀਜ਼ ਤੁਸੀਂ ਘਰ ਦੇ ਵਿੱਚ ਬਹਿ ਕੇ ਕਿਵੇਂ ਸਿੱਖ ਸਕਦੇ ਹੋ, ਕਿਵੇਂ ਕਰ ਸਕਦੇ ਹੋ। ਕਿਉਂਕਿ ਇਹ ਚੀਜ਼ਾਂ ਤੁਸੀਂ ਆਪਦੇ ਬੱਚਿਆਂ ਨੂੰ ਵੀ ਸਿਖਾ ਸਕਦੇ ਹੋ, ਅੱਜ ਕੱਲ੍ਹ ਨੋਰਮਲੀ ਸਕੂਲਾਂ ਦੇ ਵਿੱਚ ਵੀ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ। ਅਤੇ ਇਸੇ ਕਰਕੇ ਅਸੀਂ ਇੱਕ ਚੈਨਲ ਬਣਾਇਆ ਸੀਗਾ ਪੇਂਟਿੰਗ ਚੈਨਲ PB30 ਬੋਆਇਜ਼। ਅਤੇ ਬਾਕੀ ਤੁਸੀਂ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਇਹ ਚੀਜ਼ ਨੂੰ ਸਿੱਖਣਾ ਚਾਹੁੰਦੇ ਨੇ ਸਕੂਲ ਲਈ ਵੀ, ਉਹ ਵੀ ਸਿੱਖ ਸਕਦੇ ਨੇ। ਬਾਕੀ ਸਾਨੂੰ ਦੱਸ ਦਿਆ ਕਰਨ, ਜਿਹੜੀ ਚੀਜ਼ ਵੀ ਬੱਚੇ ਸਿੱਖਣਾ ਚਾਹੁੰਦੇ ਨੇ ਉਹ ਕਮੈਂਟ ਦੇ ਵਿੱਚ ਦੱਸਿਆ ਕਰਨ,
ਅਸੀਂ ਉਹੀ ਉਹਨਾਂ ਨੂੰ ਸਿਖਾਇਆ ਕਰਾਂਗੇ। ਬਾਕੀ ਤੁਸੀਂ ਇਹ ਦੇਖੋ ਕਿ ਕੈਟ ਕਿੰਨੀ ਸੋਹਣੀ ਬਣੀ ਹੈ।
ਲਓ ਜੀ ਅੱਜ ਦੀ ਪੇਂਟਿੰਗ ਆਪਣੀ ਬਣ ਕੇ ਤਿਆਰ ਆ, ਅਤੇ ਸਾਰੇ ਜਾਣੇ ਇਸ ਵੀਡੀਓ 'ਤੇ ਕਮੈਂਟ ਕਰਕੇ ਦੱਸਿਓ ਜੀ ਕਿ ਕਿਹਨੂੰ ਕਿਹਨੂੰ ਇਹ ਪਸੰਦ ਆਈ ਆ, ਅਤੇ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ, ਅਤੇ ਇਸ ਵੀਡੀਓ 'ਤੇ ਕਮ ਸੇ ਕਮ ਆਪਣੇ 400 ਸਬਸਕ੍ਰਾਈਬਰ ਹੋਣੇ ਚਾਹੀਦੇ ਨੇ, ਬਾਕੀ 2-3K ਵੀਡੀਓ ਨੂੰ ਵਿਊਜ਼ ਐਂਡ ਲਾਈਕ ਹੋਣੇ ਚਾਹੀਦੇ ਨੇ, ਬਾਕੀ ਸਾਰੀ ਤੁਹਾਡੀ ਦੇਣ ਆ। ਤੁਸੀਂ ਇਹ ਚੀਜ਼ 'ਤੇ ਕਿੰਨੇ ਕਮੈਂਟ ਕਰਦੇ ਹੋ ਅਤੇ ਕਿਹੋ ਜਿਹੇ ਕਮੈਂਟ ਕਰਕੇ ਦੱਸ ਦਿਓ ਸਾਨੂੰ, ਬਾਕੀ ਵਧੀਆ ਕਮੈਂਟ ਕਰਿਆ ਕਰੋ ਸਾਡੀ ਵੀਡੀਓ 'ਤੇ, ਕਿਉਂਕਿ ਸਾਡੇ ਬੱਚੇ ਵੀ ਇਹਦੇ ਨਾਲ ਮੋਟੀਵੇਟ ਹੋਣਗੇ, ਬਾਕੀ ਸਾਡੇ ਬੱਚੇ ਵੀ ਇਸ ਵੀਡੀਓ ਨੂੰ ਦੇਖਦੇ ਆ। ਕੋਈ ਵੀ ਪਲੀਜ਼ ਰਿਕੁਐਸਟ ਆ ਸਾਡੀ ਵੀਡੀਓ 'ਤੇ ਗਲਤ ਕਮੈਂਟ ਨਾ ਜੇ ਕਰਿਓ, ਕਿਉਂਕਿ ਸਾਡਾ ਫੈਮਿਲੀ ਵਲੌਗ ਹੁੰਦਾ ਹੈ, ਅਸੀਂ ਸਾਰਾ ਪਰਿਵਾਰ ਬੱਚੇ ਤੱਕ ਬੈਠ ਕੇ ਜਦੋਂ ਅਸੀਂ ਵੀਡੀਓ ਜਾਂ ਪੇਂਟਿੰਗ ਕਰਦੇ ਹਾਂ ਸਾਰੇ ਇਕੱਠੇ ਬੈਠ ਕੇ ਕਰਦੇ ਹਾਂ। ਅਤੇ ਬਾਕੀ ਇਸੇ ਦੇ ਨਾਲ ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ ਹੈ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਨਵੀਂ ਪੇਂਟਿੰਗ ਦੇ ਨਾਲ। ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈਲ ਆਈਕਨ ਦਬਾ ਦਿਓ, ਸੋਹਣੇ ਸੋਹਣੇ ਕਮੈਂਟ ਕਰ ਦਿਓ ਜੀ, ਅਤੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਿਆ ਕਰੂਗਾ। ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰਾਖਾ, ਜਿਉਂਦੇ ਵਾਸਤੇ ਰਹੋ, ਖੁਸ਼ੀਆਂ ਮਾਣੋ, ਗੁੱਡ ਨਾਈਟ।